ਜਨਾਬ ਸਾਰਿਆਂ ਦੋਸਤਾਂ ਭਰਾ ਕੀ ਸਲਾਮ, ਮੈਂ ਇਮਰਾਨ ਮਾਨੀ ਜੱਬਰ ਪਾਕਿਸਤਾਨ। ਇਸ ਲਈ ਜਨਾਬ ਅਸਾਂ ਵੈਟਫੋਰਡ ਲੰਡਨ ਦੇ ਮੁਕਾਮ ਉੱਪਰ ਪਠਾਰ .com ਵਾਲਿਆਂ ਨੇ ਇੱਥੇ ਕੋਈ ਮੇਲਾ ਔਰਗਨਾਈਜ਼ ਕੀਤਾ, ਉਸ ਸਿਲਸਿਲੇ 'ਚ ਇੱਥੇ ਕਬੱਡੀ ਮੈਚ ਕਹਿੰਦੇ ਹਾਂ ਪਏ। ਅਤੇ ਸਾਰਿਆਂ ਦੋਸਤਾਂ ਭਰਾ ਨੇ ਇਫਤਖਾਰ ਵਾਰਸੀ ਸਾਹਿਬ, ਰਾਜਾ ਸਲੀਮ ਸਾਹਿਬ, ਰਾਜਾ ਨਸੀਰ ਸਾਹਿਬ, ਬਾਕੀ ਵੀ ਜਿਹੜੇ ਭਾਈ ਦੋਸਤ ਅਜ਼ੀਜ਼ ਹੈ, ਚੇਅਰਮੈਨ ਰਾਇ ਸਾਹਿਬ, ਉਹਨਾਂ ਨੇ ਬਹੁਤ ਸ਼ੁਕਰੀਆ, ਇਫਤਖਾਰ ਸਾਹਿਬ ਹੋਰਾਂ ਨਾਲ, ਬਾਕੀ ਪਠਾਰ .com ਵਾਲੇ ਨੇ, ਜਿਤਨੇ ਵੀ ਦੋਸਤ ਭਾਈ ਹੈ ਜਿਨ੍ਹਾਂ ਅਸਾਂ ਕਿੱਥੇ ਇਨਵਾਈਟ ਕੀਤਾ, ਬਹੁਤ ਬਹੁਤ ਸ਼ੁਕਰੀਆ ਉਹਨਾਂ ਨਾਲ। ਅਲਹਮਦੁਲਿਲਾ ਚੰਗਾ ਸ਼ੁਕਰ ਹੋਈ ਗਿਆ, ਅਸਾਂ ਵੀ ਇਸ ਚੀਜ਼ ਕੀ ਸਰਾਹਣੇ ਹਾਂ ਕਿ ਪਠਾਰ ਨੀ ਸਕਾਫਤ ਜ਼ਿੰਦਾ ਹੈ ਔਰ ਇਸ ਪ੍ਰਦੇਸ ਵਿੱਚ ਪਠਾਰ .com ਬਹੁਤ ਅੱਛਾ ਕੰਮ ਕਰਨੀ ਵੀ ਜਨਾਬ, ਬਹੁਤ ਸ਼ੁਕਰ ਮਿਲਾ, ਹਰ ਕਿਸਮ ਨੇ ਈਵੈਂਟ ਕਰਾਉਣੀ ਵੀ ਅਸਾਂ ਇਹਨਾਂ ਕੀ ਸਰਾਹਣੇ ਹਾਂ। ਇਨਸ਼ਾਅੱਲਾ ਨੈਕਸਟ ਟਾਈਮ ਵੀ ਜਿਸ ਲੈ ਵੀ ਹੋਇਆ, ਜਿਸ ਕਿਸਮ ਨਾਲ ਵੀ ਕੋਈ ਈਵੈਂਟ ਹੋਇਆ, ਅਸਾਂ ਹਾਜ਼ਰ ਹਾਂ ਪਠਾਰ ਵਾਸਤੇ, ਆਪਣੇ ਮੁਲਕ ਪਾਕਿਸਤਾਨ ਵਾਸਤੇ, ਆਪਣੇ ਸਾਰਿਆਂ ਦੋਸਤਾਂ ਭਰਾਵਾਂ ਵਾਸਤੇ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੇ ਵੀ, ਬਹੁਤ ਬਹੁਤ ਮਿਹਰਬਾਨੀ। ਅਤੇ ਸਾਰਿਆਂ ਦਾ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਵੀ ਆਪਣੀ ਸਕਾਫਤ, ਆਪਣਾ ਮੁਲਕ, ਆਪਣੇ ਲੋਕ ਉਹਨਾਂ ਕਿੰਨਾ ਭੁੱਲੋ, ਚਾਹੇ ਪ੍ਰਦੇਸ ਵਿੱਚ ਇੰਗਲੈਂਡ ਵਿੱਚ ਹੋ, ਅਮੈਰੀਕਾ 'ਚ ਹੋ, ਤੁਸੀਂ ਇਟਲੀ ਹੋ, ਸਪੇਨ ਹੋ, ਜਿਸ ਜਗ੍ਹਾ ਵੀ ਹੋ, ਕਿਸੇ ਨਾ ਕਿਸੇ ਲਿਹਾਜ਼ ਨਾਲ ਤੁਸੀਂ ਆਪਣੀ ਸਕਾਫਤ ਕੀ ਜ਼ਿੰਦਾ ਰੱਖੋ। ਬਹੁਤ ਮਸ਼ਹੂਰ ਹਾਂ ਜਨਾਬ, ਐਂਡ ਆਫ ਦ ਡੇ ਜਨਾਬ ਪਠਾਰ .com ਨੇ ਜਿੰਨਾ ਸਾਨੂੰ ਇਨਵਾਈਟ ਕੀਤਾ ਔਰ ਇਤਨਾ ਖੂਬਸੂਰਤ ਮੇਲਾ, ਹਰ ਕਿਸਮ ਦੇ ਸਟਾਲ ਲੱਗੇ, ਨੇਜ਼ਾਬਾਜ਼ੀ, ਕਬੱਡੀ, ਵਾਲੀਬਾਲ, ਕ੍ਰਿਕਟ, ਬਾਕੀ ਸੇ ਬਾਅਦ ਤਿੱਤਰਾਂ ਦੀ ਚੱਕਰੀ ਲੱਗੀ ਜਨਾਬ, ਸੌ ਤੱਕ ਹੀ ਸਕਦੇ, ਇਹ ਸਾਰੀ ਪਠਾਰ ਦੀ ਸਕਾਫਤ ਹੈ। ਬੱਚਿਆਂ ਵਾਸਤੇ ਫਨ ਫੇਅਰ, ਹਰ ਕਿਸਮ ਦਾ ਈਵੈਂਟ ਆ, ਬਹੁਤ ਬਹੁਤ ਇਹਨਾਂ ਨੂੰ ਸ਼ੁਕਰੀਆ ਅਦਾ ਕਰਦੇ ਹਾਂ। ਨੈਕਸਟ ਟਾਈਮ ਇਨਸ਼ਾਅੱਲਾ ਅਸਾਂ ਹਾਜ਼ਰ ਹਾਂ, ਪਾਕਿਸਤਾਨ ਜ਼ਿੰਦਾਬਾਦ। ਅਸਲਾਮ ਵਾਲੇਕਮ ਜੀ, ਮੈਂ ਸਭ ਤੋਂ ਪਹਿਲੇ ਇਮਰਾਨ ਭਾਈ ਨਾਲ ਸ਼ੁਕਰੀਆ ਅਦਾ ਕਰਦਾ, ਜਿੰਨਾ ਮਾਸ਼ਾਅੱਲਾ ਦੂਸਰਾ ਮੇਰੇ ਵਧੀਆ ਹੋਣਾ ਸੀ, ਜਿੱਥੇ ਇੰਨਾ ਕੌਡੀ ਖੇਡੀ ਸੀ, ਮੈਂ ਨਾ ਕੀ ਫੋਨ ਕੀਤਾ ਅਤੇ ਇੰਨਾ ਸਪੈਸ਼ਲੀ ਆ ਗਿਆ ਜੀ, ਪਠਾਰ ਦਾ ਸਾਹਿਬ ਮਿਲਦਾ ਹੈਗਾ, ਅਸਾਂ ਸੁਬਹ ਸੁਬਹ ਸਫਲ ਪੁੱਛ ਜਾਸਾਂ ਔਰ ਇਹਨਾਂ ਸਾਰੀ ਟੀਮ ਖੇਡ ਦਿੱਤਾ ਹੈ, ਮੈਂ ਬੜਾ ਮਸ਼ਹੂਰ ਹਾਂ। ਮੈਂ ਇਹਨਾਂ ਦੇ ਬਾਰੇ 'ਚ ਸੁਣਿਆ ਸਾਂ, ਬਹੁਤ ਕੁਝ ਲਿਖਿਆ ਸਾਂ, ਮੁਲਾਕਾਤ ਕਰੀ, ਮੇਰੀ ਦਿਲੀ ਖੁਸ਼ੀ ਹੋਈ, ਅੱਲਾਹ ਤਾਲਾ ਇਹਨਾਂ ਸਾਰਿਆਂ ਕੀ ਖੁਸ਼ ਰੱਖਿਆ ਔਰ ਕੌਡੀ ਖੇਡੇ, ਅਸਾਂ ਸਾਰਿਆਂ ਦੀ ਬੜੀ ਖੁਸ਼ੀ ਹੋਣੀ, ਸਪੈਸ਼ਲੀ ਇੰਗਲੈਂਡ ਵਿੱਚ ਅਸਾਂ ਪਠਾਰ .com ਵਿੱਚ ਕਈ ਸਾਲ ਹੋ ਗਏ ਇਹਨਾਂ ਕੀ ਤਕੜੇ ਹੋਣੇ ਸੀ, ਜੱਬਰ ਮੇਲੇ 'ਚ ਖੇਡੇ, ਲੇਕਿਨ ਅੱਜ ਸਾਡੇ ਨਾਲ ਖਲਤੇ ਹੋਏ, ਯਕੀਨ ਕਰੋ ਅੱਜ ਅਸਾਂ ਕੀ ਯਕੀਨ ਨਹੀਂ ਇਸ ਨਾਲ ਪਿਆ, ਇਤਨੀ ਖੁਸ਼ੀ ਹੋਈ ਔਰ ਮੈਂ ਇਹਨਾਂ ਸਾਰਿਆਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਨਾ ਜਿਹੜਾ ਆਪਣਾ ਟਾਈਮ ਕੱਢੀ ਦੱਸਾਂ ਕਿ ਦਿੱਤਾ, ਮਿਹਰਬਾਨੀ ਜੀ। ਅਸੀਂ ਇਹਨਾਂ ਦੀ ਮੁਬਾਰਕਬਾਦ ਦਿੰਦੇ ਹਾਂ, ਉਮੀਦ ਕਰਦੇ ਹਾਂ ਕਿ ਆਇੰਦਾ ਵੀ ਇਸ ਤਰ੍ਹਾਂ ਦੇ ਫੰਕਸ਼ਨ ਅਰੇਂਜ ਕਰ ਸਕਣ ਅਤੇ ਬਾਕੀ ਅਸੀਂ ਲੋਕ ਪੂਰਾ ਤਾਵਨ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਅਸਲਾਮ ਵਾਲੇਕਮ ਜੀ, ਮੇਰਾ ਨਾਂ ਰਾਜਾ ਸੁਹੇਲ ਹੈ ਜੀ, ਕਰਨ ਅਡਾਲੀ ਹੈ। ਅਤੇ ਤਕਰੀਬਨ ਸਾਰੇ ਸੰਗੀ ਦੋਸਤ ਫੈਮਿਲੀ ਨੇ ਬੰਦੇ ਨਾਲ ਕਰਦੇ ਹੋਏ, ਅਤੇ ਇਹ ਕਬੱਡੀ ਜਿਹੜੀ ਆ ਸਾਡੀ ਸਕਾਫਤ ਹੈ ਪਠਾਰ ਨੇ, ਅਸਾਂ ਫੈਮਿਲੀ ਆਪਣਾ ਸ਼ੁਰੂ ਤੋਂ ਖੇਡਣੇ ਆਏ ਹਾਂ, ਫੈਮਿਲੀ ਸਾਡੇ ਮਸੇ ਭਰਾ ਦਤਪੋਤਰੇ ਮਾਵੇਂ ਸਾਰੇ ਖੇਡਣੇ ਆਏ, ਅਤੇ ਅਸਾਂ ਵੀ ਇਸ ਟਾਈਮ ਵੀ ਜ਼ਿੰਦਾ ਰੱਖਿਆ ਵਾ, ਹੁਣ ਵੀ 19 ਸਾਲ ਹੋਏ ਗਏ ਇਸ ਗੇਮਾਂ ਵਿੱਚ, ਅਤੇ ਰਿਟਾਇਰਮੈਂਟ ਕਿੰਨਾ ਪਿਆ, ਲੇਕਿਨ ਸੰਗੀ ਦੋਸਤ ਵੀ ਛੋੜਨੇ ਆਉਣੇ, ਜਾਂ ਚਲੋ ਨਾਲ ਸ਼ੁਗਨ ਮੇਲਾ ਲਗਾ ਵਾ ਅਤੇ ਚਲੋ ਗੇਮ ਕਰੀਏ। ਅਤੇ ਪਠਾਰ .com ਵਾਲਿਆਂ ਨੂੰ ਮੈਂ ਥੈਂਕ ਯੂ ਕਰਨਾ, ਜਿਹੜੇ ਆਏ ਅਸਾਂ ਕੇ ਜਿਹੜਾ ਨਾ ਉਹਨਾਂ ਕਵਰੇਜ ਕੀਤੀ, ਜਿਹੜਾ ਅਸਾਂ ਜਿਹੜਾ ਟਾਈਮ ਦਿੱਤਾ ਨੇ, ਬੜੀ ਮਿਹਰਬਾਨੀ। ਬੰਦੇ ਪਾਰਕਿੰਗ ਨਿਜ਼ਾਮ ਸੰਭਾਲਿਆ ਸਾਰਾ, ਇਹਨੇ ਮਿਲਣੇ ਆ, ਪੁੱਛਣੇ ਆ, ਕਿਆ ਨਾਂ ਤੁਸਾਂ ਜੀ? ਹਾਂਜੀ, ਮਾੜਾ ਨਾਂ ਜੀ ਕੈਸਰ ਮਹਿਮੂਦ, ਅਤੇ ਇਹ ਮਾੜੇ ਨਾਲ ਭਾਈ ਖਾਲਦ ਸਾਹਿਬ ਖਲਤੇ ਵੇ, ਅਤੇ ਇਹ ਮੁਹੰਮਦ ਅਵੈਸ, ਅਸਾਂ ਸਾਰੇ ਇੱਥੇ ਮਤਲਬ ਇਸ ਮੇਲੇ ਨੇ ਔਰਗਨਾਈਜ਼ ਕਰਨੇ ਪਏ ਹਾਂ। ਅਤੇ ਫਾਰੂਕ ਸਾਹਿਬ, ਅੱਲਾਹ ਤਾਲਾ ਬਹੁਤ ਅੱਛਾ ਮੇਲਾ ਹੋ ਰਿਹਾ, ਬਹੁਤ ਇੰਜੋਏ ਕਰ ਰਿਹਾ। ਆਜ ਹਮ ਜੋ ਹੈ ਵੋ ਵਟਫੋਰਡ ਮੇ ਪਠਾਰ .com ਕੀ ਬਰਥਡੇ ਕੇ ਉੱਪਰ ਉਹਨੇ ਮੁਬਾਰਕਬਾਦ ਪੇਸ਼ ਕਰਤੇ ਔਰ ਸਾਥ ਹੀ ਹਲਿਆਂ ਦੇ ਪਾਕਿਸਤਾਨ ਔਰ ਬਿਲਕੁਲ ਪਠਾਰ ਰੀਜਨ ਕੇ ਲੋਕੋ ਕੋ ਜੋ ਹੈ ਮੁਬਾਰਕਬਾਦ ਦੇਤੇ ਕਿ ਜਿਨ੍ਹੋਂ ਇਤਨੇ ਅੱਛੇ ਸਬੂਤ ਪੈਦਾ ਕੀਏ ਕਿ ਜਿਨ੍ਹੋਂ ਬੈਰੂਨੀ ਦੁਨੀਆ ਮੇ ਆ ਕਰ ਵੀ ਆਪਣਾ ਭਰਪੂਰ ਕਿਰਦਾਰ ਅਦਾ ਕੀਆ ਔਰ ਹਲਿਆਂ ਦੇ ਪਠਾਰ ਕੇ ਸਰ ਜੋ ਹੈ ਵੋ ਫਖਰ ਸੇ ਬੁਲੰਦ ਕੀਏ ਔਰ ਇਸ ਮੌਕਾ ਪੇ ਜੋ ਪਾਕਿਸਤਾਨ ਡੇ ਹੈ, ਪਾਕਿਸਤਾਨ 14 ਅਗਸਤ 1947 ਕੋ ਬਣਾ, ਉਸ ਮੈਂ ਵੀ ਆਲੇ ਪਾਕਿਸਤਾਨ ਨੂੰ ਮੁਬਾਰਕਬਾਦ ਪੇਸ਼ ਕਰ। ਪਟਵਾਰੀ ਜੀ ਗੱਲ ਭਾਅ ਜੀ, ਕਿਆ ਨਾਂ ਤੁਸਾਂ ਮੇਲੇ ਬਾਰੇ ਕਿਆ ਬਾਣਾ ਜਾਣੇ ਹੋ?
बिस्मिल्लाहिर्रहमानिर्रहीम, मेरा नाम सैफुल्लाह बाबर है और मैं आज इस मेले पर आकर मुझे बड़ी खुशी महसूस हुई कि footfart.com ने एक बहुत खूबसूरत काम किया कि वतन से दूर अपने हम वतनों के लिए इतनी खूबसूरत महफिल सजाई और माशाल्लाह मौसम ने भी आज उनके साथ भरपूर तामन किया और पाकिस्तानी कम्यूनिटी को ये मौका फराहम किया कि वो आज पाकिस्तान के दिन के हवाले से और अपनी सकाफत को उजागर कर सके। मैं इसके लिए footfart.com को मुबारकबाद पेश करता हूँ। तुम्हें पाकिस्तान ने डेट बढ़ाई थे आप थोड़ा का मेला कराने से बारे क्या आखना चाहते हैं? मेला लगा है अपने आज़ादी है पाकिस्तान की खातर। मैं सारे पाकिस्तान और आज़ाद कश्मीर के लोगों मुबारकबाद देना है। अल्लाह ताला इसी तरह साड़ियाँ खुशियाँ आबाद रखे। पाकिस्तान जिंदाबाद। माशाल्लाह जी। अस्सलाम वालेकुम जी, मेरा नाम अरशद महमूद है ते मैं भी भाई तारक नाल ही आया हाई वेलकम तू। तो बड़ा खूबसूरत माहौल है इतना, बड़ी अच्छी कबड्डी भी हो रही है, होर इवेंट्स भी होए ना, फन फेयर का भी इंतजाम है बच्चों वास्ते, बच्चे भी बड़े इंजॉय कर रहे हैं। जिस तरह भाई तारक जी दस्या इनका भी असं भी इन्होंने तामन वास्ते तैयार हाँ, तो बड़ा अच्छा माहौल है इनका भी मार ख्याल है भी इस तरीके कोशिश चलिए। क्या नाँ जी कि आए पाकिस्तान ही तकी है, माड़ा नाम मुश्ताक है ते सलाह तो आए हैं। माशाल्लाह बड़ी खुशी हुई है सारिया चीज़ा अपन पुरानिया कबड्डियाँ तो घोड़िया जनाब मन देखी क्या तो बड़ी खुशी हुई है, पुरानी याद आई है। अस बड़े खुश हो मेला तक आए अस शो तो आए सरकार है मेरा नाम चार साल साल होना चाहिए अपने बंद की कमेटी होनी चाहिए। स्पैशल मतलब footfart.com ने मेले वास्ते इतने स्पैशल मुबारक सारे सब लियानी और पाकिस्तान। अस्सलाम वालेकुम जी, footfart.com मेला इसे मुखातब अलहम्दुलिल्लाह जी ठीक ठाक जी। लंदन ही होने से पाकिस्तान बेबल ना तला का सड़ा बड़ा जबरदस्त जी, बड़ा जबरदस्त जी मेला जनाब बहुत जबरदस्त हो रहा जी इतने ਉੱਪਰ ਮੈਂ ਕਰ ਰਹਾ ਹਾਂ ਕੋਡੀ ਦਾ ਮੈਚ ਸ਼ੁਰੂ ਆ ਪਾਕਿਸਤਾਨ ਵਿੱਚ ਲੱਗਣਾ ਨਜ਼ਰ ਰੱਖੀ ਅਸੀਂ ਪਾਕਿਸਤਾਨ ਦਾ ਸਾਰਾ ਪਾਕਿਸਤਾਨ ਹੀ ਦਿਸਣਾ ਜੀ ਸਹਿਜੀ ਪਾਕਿਸਤਾਨ ਲਈ ਮੋਲਾ ਸਾਰਾ ਕੀ ਮਹਿਸੂਸ ਕੀਤਾ ਫਿਰ ਮਹਿਸੂਸ ਬੜਾ ਅੱਛਾ ਕੀਤਾ ਜੀ ਮਹਿਸੂਸ ਬੜਾ ਅੱਛਾ ਕੀਤਾ ਜੀ ਬੜਾ ਅੱਛਾ ਪ੍ਰੋਗਰਾਮ ਹੋ ਰਿਹਾ ਹੈ ਇਸੇ ਤੋਂ ਬਾਅਦ ਕੋੜਿਆਂ ਦੀ ਰੇਸ ਹੋਸੀ ਤੇ ਜਿਹੜੇ ਮੇਰੇ ਪਾਕਿਸਤਾਨ 'ਚ ਅਸਾਂ ਲੋਕ ਕਰ ਰਹੇ ਸੀ ਉਹ ਲੋਕਾਂ ਤਾਂ ਸ਼ੁਰੂ ਕਰ ਦਿੱਤੇ ਤਾਂ ਬੜਾ ਅੱਛਾ ਜੀ ਇਹ footfart.com ਨਾਲ ਅਸਾਂ ਸ਼ੁਕਰੀਆ ਅਦਾ ਕਰ ਰਹੇ ਹਾਂ ਜੀ ਇਹ ਜਨਾਬ ਉਹ ਮੇਲੇ ਛੇਲੇ ਕਰਾਉਣੇ ਇੱਥੇ ਅਤੇ ਸਾਰਿਆਂ ਦੋਸਤਾਂ ਨੂੰ ਬੜਾ ਸ਼ੁਕਰੀਆ ਜੀ ਇਹ ਇਹਨਾਂ ਦਾਵਤ ਦਿੱਤੀ ਸੀ ਅਸਾਂ ਮੇਲੇ 'ਚ ਜੀ।